ਜਿਨ੍ਹਾਂ ਦੀ ਹਿੰਮਤ ਦਾ ਸਦਕਾ ਅਸੀਂ ਪੰਜਾਬੀ ਟਾਈਪ ਕਰਨ ਦੇ ਕਾਬਿਲ ਹੋਏ ਹਾਂ। ਇੱਕ ਵਾਰ ਜ਼ੋਰਦਾਰ ਤਾਲੀਆਂ ਇਹਨਾਂ ਦੇ ਨਾਲ। ਮੈਂ ਪੰਜਾਬੀ ਟਾਈਪ ਕਰਨੀ ਇਹਨਾਂ ਤੋਂ ਸਿੱਖੀ ਹੈ ਔਰ ਅੱਜ ਮੈਂ ਆਪਣੀ ਕਿਤਾਬ ਮੈਂ ਖੁਦ ਆਪ ਟਾਈਪ ਕੀਤੀ ਹੈ ਔਰ ਮੈਂ ਕਾਫੀ ਫਾਸਟ ਪੰਜਾਬੀ ਜਿਹੜੀ ਹੈ ਅੰਗਰੇਜ਼ੀ ਨਾਲੋਂ ਤੇਜ਼ ਪੰਜਾਬੀ ਟਾਈਪ ਕਰ ਸਕਦੀ ਹਾਂ। ਇਸ ਦੇ ਨਾਲ ਹੀ ਮੈਂ ਗੁਜ਼ਾਰਿਸ਼ ਕਰਾਂਗੀ ਸੁਮਨ ਮੌਤਕਿਲ ਨੂੰ ਕਿ ਉਹ ਆ ਕੇ ਆਪਣੀ ਕਵਿਤਾ ਸਾਡੇ ਨਾਲ ਸਾਂਝੀ ਕਰਨ। ਸੁਮਨ ਮੌਤਕਿਲ ਮੈਂ ਪਹਾੜੋਂ ਪਰ ਬਿਖਰੀ ਧੂਪ ਹੋ ਜਾਣਾ ਚਾਹਤੀ ਹੂੰ, ਮੈਂ ਬਹਿਤੀ ਨਦੀ ਸਾ ਸਵਰੂਪ ਹੋ ਜਾਣਾ ਚਾਹਤੀ ਹੂੰ, ਮੈਂ ਸਾਗਰ ਕਿਨਾਰੇ ਕੀ ਰੇਤ ਹੋ ਜਾਣਾ ਚਾਹਤੀ ਹੂੰ, ਮੈਂ ਸਰਸੋਂ ਕਾ ਕੋਈ ਖੇਤ ਹੋ ਜਾਣਾ ਚਾਹਤੀ ਹੂੰ, ਮੈਂ ਚਲਤੇ ਰਹਿਣਾ ਚਾਹਤੀ ਹੂੰ, ਮੈਂ ਫੈਲ ਜਾਣਾ ਚਾਹਤੀ ਹੂੰ, ਮੈਂ ਆਪਣੀ ਸੀਮਾਓਂ ਕੋ ਆਜ਼ਮਾਨਾ ਚਾਹਤੀ ਹੂੰ, ਮੈਂ ਪਹਾੜੋਂ ਪਰ ਬਿਖਰੀ ਧੂਪ ਹੋ ਜਾਣਾ ਚਾਹਤੀ ਹੂੰ। ਮੈਡਮ ਚਲੇ ਗਏ, ਮੈਂ ਇੱਕ ਕਵਿਤਾ ਲਿਖੀ ਸੀ ਪੰਜਾਬੀ ਆਪਣੀ ਜਿਹੜੀ ਹੋ ਰਹੀ ਹੈ ਆਪਣੀ ਵਰਲਡ ਪੰਜਾਬੀ ਕਾਨਫਰੰਸ ਹੋ ਰਹੀ ਹੈ ਉਹਨਾਂ ਵਾਸਤੇ। ਜਿੱਦਾਂ ਅਸੀਂ ਸਾਰੇ ਸਭ ਨੂੰ ਪਤਾ ਕਿ ਵਰਲਡ ਪੰਜਾਬੀ ਕਾਨਫਰੰਸ ਹੋ ਰਹੀ ਹੈ ਔਰ ਅਸੀਂ ਸਾਰੇ ਰਾਹੀ ਹਾਂ ਉਸ ਰਾਸਤੇ 'ਤੇ ਜਾਣ ਵਾਲੇ ਔਰ ਅਸੀਂ ਸਭ ਨੇ ਮਿਹਨਤ ਕਰਨੀ ਹੈ, ਸਾਨੂੰ ਨਾਲ ਲੋਕਾਂ ਨੇ ਗੱਲਾਂ ਵੀ ਕਰਨੀਆਂ। ਤੋ ਉਹਦੇ ਬਾਰੇ ਮੈਂ ਥੋੜ੍ਹਾ ਜਿਹਾ ਲਿਖਿਆ ਸੀ। ਲੈ ਜਾ ਇੱਕ ਸੁਨੇਹਾ ਮੇਥੋਂ ਤੁਰਿਆ ਜਾਂਦਾ ਰਾਹੀਆ, ਬਾਟ ਮੇਰੀ ਪਥਰੀ ਲੀ ਹੈ ਨਾ ਘਬਰਾਈ ਰਾਹੀਆ, ਰਾਹ ਵਿੱਚ ਰੋੜੇ ਕੰਢੇ ਆਉਣੇ ਪੈਰ ਬਚਾਈ ਰਾਹੀਆ, ਲੋਕਾਂ ਤੈਨੂੰ ਤਾਨੇ ਦੇਣੇ ਪਰਵਾਹ ਕਰੀ ਨਾ ਰਾਹੀਆ, ਮੰਜ਼ਲਾਂ ਨੂੰ ਤੂੰ ਸਰ ਕਰ ਲੈਣਾ, ਮੰਜ਼ਲਾਂ ਨੂੰ ਤੂੰ ਸਰ ਕਰ ਲੈਣਾ, ਮਿਹਨਤ ਕਸ਼ ਤੂੰ ਬਣੀ ਰਾਹੀਆ, ਆਕਾਸ਼ ਸੋਹਣਾ ਤਾਂ ਸ਼ੋ ਲੈਵੇਂਗਾ ਉੱਚੀ ਉਡਾਰੀ ਮਾਰੀ ਰਾਹੀਆ, ਹਨੇਰੇ ਰਾਹਾਂ ਵਿੱਚ ਠੇਡੇ ਪੈਣੇ ਲਾਟ ਦੀਵੇ ਦੀ ਤੂੰ ਬਣੀ ਬਰਾਹੀਆ, ਆਪਣੇ ਤੇ ਵਿਸ਼ਵਾਸ ਜਗਾ ਲੈ ਬਿਰਖਾਂ ਵਰਗਾ ਹੱਠ ਤੂੰ ਕਰ ਲੈ, ਆਪਣੀ ਮੰਜ਼ਿਲ ਤੈਅ ਕਰਕੇ ਕਰੀ ਦੁਨੀਆਂ ਨੂੰ ਹੈਰਾਨ ਬਰਾਹੀਆ, ਲੈ ਜਾ ਇੱਕ ਸੁਨੇਹਾ ਮੇਥੋਂ ਤੁਰਿਆ ਜਾਂਦਾ ਰਾਹੀਆ। ਇਹ ਤੁਹਾਡੇ ਸਭ ਵਾਸਤੇ ਹੀ ਹੈ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ ਜੀ। ਮੈਂ ਗੁਜ਼ਾਰਿਸ਼ ਕਰਾਂਗੀ ਅਮਰ ਸਿੰਘ ਤੁਸੜ ਹੋਰਾਂ ਨੂੰ ਕਿ ਆਪਣੇ ਚੰਦ ਲਫ਼ਜ਼ਾਂ ਵਿੱਚ ਆਪਣੇ ਖਿਆਲ ਪੇਸ਼ ਕਰਨ। ਤੁਸੜ ਸਾਹਿਬ ਸਾਰੇ ਪੰਜਾਬੀਆਂ ਨੇ ਪੰਜਾਬੀ ਬਿਹਤਰੀ ਵਾਸਤੇ ਤੇ ਪ੍ਰਗਤੀ ਵਾਸਤੇ ਬੜੇ ਬੜੇ ਯਤਨ ਕੀਤੇ ਹਨ। ਮੁਸਲਿਮ ਭਾਈਚਾਰੇ ਨੇ ਵੀ ਇਸ ਵਿੱਚ ਆਪਣਾ ਬਹੁਤ ਬਹੁਤ ਹਿੱਸਾ ਪਾਇਆ। ਜੇ ਤੁਸੀਂ ਪੰਜਾਬੀ ਇਤਿਹਾਸ ਨੂੰ ਪੜ੍ਹੋ ਬਹੁਤ ਮਾਰਕੇ ਦਾ ਲਿਖਤਾਂ ਚੀਜ਼ਾਂ ਇਹਨਾਂ ਵੱਲੋਂ ਪੇਸ਼ ਹੋਈਆਂ ਹਨ। ਸਾਡੇ ਪਾਸ ਨਾਸਿਬ ਲੋਕ ਜੀ ਅੱਜ ਪਹਿਲੀ ਵਾਰ ਆਏ ਹਨ, ਇਹਨਾਂ ਨੂੰ ਦੇਖ ਕੇ ਮੈਨੂੰ ਇਹ ਲਾਹੌਰ ਦੀ ਗੱਲ ਕਰਦੇ ਹਨ। ਫਤਿਹ ਸਾਹਿਬ ਹੈ ਲਾਹੌਰ, ਆਪਣੇ ਦੋਸਤ ਅਤੇ ਕੁਲੀਗ ਮਿਸਟਰ ਮਲਕ ਜਿਹੜੇ ਮੇਰੇ ਕੁਲੀਗ ਸਨ ਹਾਂਗਕਾਂਗ 'ਚ, ਉਹਨਾਂ ਦੇ ਘਰ 10 ਦਿਨ ਠਹਿਰਿਆ। ਜੋ ਮਹਿਮਾਨ ਨਵਾਜ਼ੀ ਇਹਨਾਂ ਲੋਕਾਂ ਨੇ ਕੀਤੀ ਸਾਰੇ ਜਿਹਨਾਂ ਉਦੋਂ 14 ਅਗਸਤ ਸੀ, ਅਖੀਰ ਦਿਨ ਜਦੋਂ ਮੈਂ ਵਾਪਸ ਆਉਣਾ ਸੀ, ਮੈਂ ਲਾਹੌਰ ਦੇ ਰੌਣਕਾਂ ਤੱਕ ਨਹੀਂ ਭੁੱਲ ਸਕਦਾ। ਨੌਜਵਾਨ ਬੱਚੇ ਔਰ ਜਿੰਨੇ ਸਾਰੇ ਮੋਟਰਸਾਈਕਲ ਰੋਕ ਰੋਕ ਕੇ ਮੈਂ ਗਲ ਝੋਲਣ ਪਾ ਰਿਹਾ ਅਤੇ ਬਹੁਤ ਪਿਆਰ ਦਿੱਤਾ। ਸੋ ਜਿੱਥੇ ਲਿਖਤ ਦਾ ਸਵਾਲ ਹੈ,
اسلامی کالج لاہور کے پرنسپل صاحب کا خواجہ دل محمد صاحب نے جپجی صاحب کا ٹرانسلیٹ سے اردو نظم کیتا پنجاب گورنمنٹ نے 1000 روپیہ انعام دا پہلا دینا سی اس تو بعد انہوں نے سکھنی صاحب کا جو ترجمہ ہے اردو نظم کیتا کیونکہ بہت مارکیٹ چیز ہے جی انہوں نے ایک گربانی دے سکھنی صاحب نے تو کہا ہر کا نام ਵਸੇ ਸਾਧ ਰਸਨਾ ਨਾਨਕ ਪਾਗਾ ਦਾਸਨ ਦਸਨਾ ਉਹਨਾਂ ਦਾ ਟਰਾਂਸਲੇਸ਼ਨ ਕੀਤਾ ਜਿਨ ਸਤੋਂ ਕੀ ਨਾ ਪਾਕ ਜ਼ਬਾਨ ਪਰ ਨਾਮ ਖੁਦਾ ਕਾ ਰਹਤਾ ਹੈ ਉਨਕੇ ਦਰਗਾਹ ਅਦਨਾ ਡਾਕਟਰ ਨਾਮ ਖੁਦ ਕੋ ਕਹਤਾ ਹੈ ਤੁਸੀਂ ਅੰਦਾਜ਼ਾ ਲਾ ਲਓ ਬਹੁਤ ਦਿਨ ਹੈ ਮੇਰੇ ਪਾਸ ਛੋਟੀ ਗੁਰੂ ਨਾਨਕ ਸਾਹਿਬ ਦਾ ਜੰਮ ਦਿਨ ਕਈ ਤਰੀਕ ਨੂੰ ਆ ਗਿਆ ਅਗਾਂਹ ਵੀ ਮੈਂ ਇੱਕ ਛੋਟੀ ਜਿਹੀ ਨਜ਼ਮ ਹੈ ਬਹੁਤ ਚੰਦ ਰਹਿੰਦਾ ਬਹੁਤ ਦੇਸ਼ ਦੇ ਮਕਬੂਲ ਸ਼ਾਇਰ ਨਜ਼ੀਰ ਅਹਿਮਦ ਨਜ਼ੀਰ ਅਕਬਰ ਬਾਦੀ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਸ਼ਾਨ ਦੇ ਵਿੱਚ ਇੱਕ ਨਜ਼ਮ ਲਿਖੀ ਸੀ ਹੈ ਕਹਤੇ ਨਾਨਕ ਸ਼ਾਹ ਜਿਨ੍ਹੇ ਹੈ ਕਹਤੇ ਹੈ ਕਹਤੇ ਨਾਨਕ ਸ਼ਾਹ ਜਿਨ੍ਹੇ ਉਹ ਪੂਰ ਹੈ ਆਗਾ ਗੁਰੂ ਵਹ ਕਾਮਲ ਰਹਿਬਰ ਜਗ ਮੇ ਹੈ ਯੂੰ ਰੋਸ਼ਨ ਜੈਸੇ ਵਾਹ।